ਹੁਣ ਅੱਜ ਦੀ ਇੱਕ ਜਿਹੜੀ ਸਪੈਸ਼ਲ ਰਿਪੋਰਟ ਆ ਉਹਦੇ ਬਾਰੇ ਆਈਏ ਆਪਣੇ ਗੁਆਂਡੀ ਮੁਲਕ ਕੈਨੇਡਾ ਦੇ ਵਿੱਚ ਵਾਪਰਿਆ ਕੀ ਹੈਗਾ ਕੈਨੇਡਾ ਦੇ ਵਿੱਚ ਰੈਪਿਡ ਰਿਸਪਾਂਸ ਮੈਕੈਨਿਜ਼ਮ ਰਿਪੋਰਟ ਪੇਸ਼ ਕੀਤੀ ਗਈ ਆ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਇਹ ਦੱਸਿਆ ਗਿਆ ਆ ਕਿ ਕਿਸ ਤਰ੍ਹਾਂ ਜਿਹੜਾ ਇੰਡੀਆ ਦੇ মিডিਆ ਆਊਟਲੈਸਸ ਤੇ ਜਿਹੜੇ ਜਰਨਲਿਸਟਸ ਆ ਜਿਹੜੇ ਸਾਰੇ ਹੀ ਮੋਦੀ ਸਰਕਾਰ ਦੇ ਨਾਲ ਅਲਾਈਂਡ ਆ ਉਹ ਸਿੱਖਾਂ ਨੂੰ ਖਾਲਸਤਾਨੀ ਐਕਸਟਰੀਮਿਸਟ ਖਾਲਸਤਾਨੀ ਟੈਰਰਿਸਟ ਤੇ ਕਿਸ ਤਰ੍ਹਾਂ ਉਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਜਿਹੜਾ ਕਰੈਕਟਰ ਆ ਉਹ ਵੀ ਅਸੈਸੀਨੇਟ ਕਰਦੇ ਹੈਗੇ ਆ ਜੋ ਕੁਝ ਪਿਛਲੇ ਸਾਲ ਚ ਵਾਪਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ ਆਰ ਆਰ ਐਮ ਜੋ ਰਿਪੋਰਟ ਆ ਉਹਦੇ ਵਿੱਚ ਇਹ ਕਿਹਾ ਗਿਆ ਆ ਪਈ ਬਹੁਤ ਸਾਰੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੂੰ ਕੈਨੇਡੀਅਨ ਹਾਈ ਕਮਿਸ਼ਨਰ ਇਨ ਇੰਡੀਆ ਕੈਨੇਡਾ ਦੇ ਵਿੱਚ ਪੰਜਾਬੀ ਸਿੱਖ ਡਾਇਸਪੋਰਾ ਕੈਨੇਡਾ ਦੀਆਂ ਨੈਸ਼ਨਲ ਸਕਿਉਰਿਟੀ ਏਜੰਸੀਜ਼ ਤੇ ਭਾਈ ਹਰਦੀਪ ਸਿੰਘ ਮੈਜਰ ਹੋਣਾ ਦੇ ਪੋਲੀਟੀਕਲ ਬਲੀਫਸ ਨੂੰ ਲੈ ਕੇ ਇਹ ਜਿਹੜੇ ਮੋਦੀ ਅਲਾਈਂਡ ਜਿੰਨੇ ਵੀ ਮੀਡੀਆ ਆਊਟਲੈਸਟ ਆ ਆਊਟਲੈਟਸ ਹੈਗੇ ਆ ਜਿੰਨੇ ਵੀ ਟੀਵੀ ਚੈਨਲਸ ਆ ਉਹਨਾਂ ਸਾਰਿਆਂ ਨੂੰ ਪ੍ਰੋਮੋਟ ਕਰਨ ਵਾਲੇ ਆਪਾਂ ਖੁਦ ਹੈਗੇ ਆ ਕਹਿੰਦੇ ਭਈ ਸਭ ਤੋਂ ਜ਼ਿਆਦਾ ਡੋਮੈਸਟਿਕ ਇੰਡੀਅਨ ਆਡੀਅנס ਤੇ ਡਾਇਸਪੋਰਾ ਕਮਿਊਨिटीज ਇਹਨਾਂ ਆਊਟਲੈਟਸ ਨੂੰ ਜਿਨ੍ਹਾਂ ਨੂੰ ਦੇਖਦੀ ਆ 10 ਮਿਲੀਅਨ ਤੋਂ ਵੱਧ YouTube ਸਬਸਕ੍ਰਾਈਬਰਸ ਹੈਗੇ ਆ ਕੈਨੇਡਾ ਦੇ ਜਿਹੜੇ ਮੀਡੀਆ ਆਊਟਲੈਟਸ ਆ ਉਹਨਾਂ ਦੇ ਕੋਲ ਜਿਹੜੀ ਪ੍ਰੈਜ਼ੈਂਸ ਬੜੀ ਘੱਟ ਹੈਗੀ ਆ ਬਹੁਤ ਸਾਰੀਆਂ ਜਿਹੜੀਆਂ ਮੀਡੀਆ ਆਊਟਲੈਟਸ ਆ ਉਹਨਾਂ ਦੇ ਮਿਲੀਅਨ ਤੱਕ ਵੀ ਜਿਹੜੇ ਸਬਸਕ੍ਰਾਈਬਰ ਹੈ ਨਹੀਂ ਸੋ ਉਹ ਆਪਣਾ ਜੋ ਕੁਝ ਸਿੱਖਾਂ ਦੇ ਅਗੇਂਸਟ ਜੋ ਕੁਝ ਕੈਨੇਡਾ ਦੀ ਸਰਕਾਰ ਦੇ ਜਾਂ ਕੈਨੇਡਾ ਦੇ ਇਲੈਕਟਡ ਅਫੀਸ਼ੀਅਲਸ ਦੇ ਅਗੇਂਸਟ ਸਿਰਜਣਾ ਚਾਹਦੇ ਹੈਗੇ ਆ ਮੀਡੀਆ ਉਹ ਅਸੀਂ ਖੁਦ ਆਪਣੇ ਘਰਾਂ ਦੇ ਵਿੱਚ ਬੈਠ ਕੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਬੈਠ ਕੇ ਇੰਡੀਆ ਦੇ ਚੈਨਲ ਦੇਖ ਕੇ ਉਹ ਸਾਡੇ ਦਿਮਾਗ ਦੇ ਵਿੱਚ ਉਹੀ ਕੁਝ ਭਾਰ ਰਿਹਾ ਹੈਗੇ ਆ ਉਹ ਤੁਸੀਂ ਦੇਖ ਰਹੇ ਹੋਵੋਗੇ ਸੋ ਜਿਹੜੀ ਇਹ ਰਿਪੋਰਟ ਪੇਸ਼ ਕੀਤੀ ਗਈ ਆ ਉਹਦੇ ਕੁਝ ਜਿਹੜੇ ਮੇਨ ਕੀ ਕੀ ਪੁਆਇੰਟ ਹੈਗੇ ਆ ਉਹ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਹਿਲੀ ਗੱਲ ਤੇ ਇਹ ਆ ਵੀ ਉਹਨਾਂ ਨੇ ਨਾਮ ਲੈ ਕੇ ਇੱਕ ਕਾਫੀ ਲੰਬੀ ਰਿਪੋਰਟ ਹੈਗੀ ਆ ਪਰ ਆਪਾਂ ਸਿਰਫ ਸ਼ਾਰਟਕਟ ਰੱਖਾਂਗੇ ਜ਼ੀ ਨਿਊਜ਼ ਰਿਪਬਲਿਕ ਇੰਡੀਆ ਰਿਪਬਲਿਕ ਟੀਵੀ ਇੰਡੀਆ ਟੂਡੇ ਤੇ ਏ ਐਨ ਆਈ ਚਾਰ ਮੇਜਰ ਜਿਹੜੇ ਇਹਨਾਂ ਦੇ ਕਹਿੰਦੇ ਬਹੁਤ ਜ਼ਿਆਦਾ ਡਿਜੀਟਲ ਫੁੱਟਪ੍ਰਿੰਟ ਹੈਗੇ ਆ ਜੀ ਨਿਊਜ਼ੇ ਜੀ ਨਿਊਜ਼ ਦੇ ਤਾਂ ਲਗਭਗ 32 ਮਿਲੀਅਨ YouTube ਸਬਸਕ੍ਰਾਈਬਰ ਜਿਹੜੇ ਸਬਸਕ੍ਰਾਈਬਰ ਹੈਗੇ ਆ ਤੇ ਇਹ ਜਿਹੜਾ ਨੈਰੇਟਿਵ ਸਿਰਜਦੇ ਹੈਗੇ ਆ ਇੰਡੀਆ ਦੀ ਰੂਲਿੰਗ ਪਾਰਟੀ ਦਾ ਤੇ ਸਿੱਖਾਂ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਇਹ ਜਿਹੜੇ YouTube ਚੈਨਲਸ ਦੇ ਉੱਤੇ ਵੀ ਤੇ ਇਹ ਸਿੱਖਾਂ ਨੂੰ ਟੈਰਰਿਸਟ ਐਕਸਟਰੀਮਿਸਟ ਖਾਸ ਕਰਕੇ ਜੋ ਖਾਲਿਸਤਾਨ ਦੀ ਮੰਗ ਕਰਦੇ ਹੈਗੇ ਆ ਜਿਨ੍ਹਾਂ ਤੁਹਾਨੂੰ ਪਤਾ ਹੀ ਹੋਣਾ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿਜਰ ਹੋਣਾ ਨੂੰ ਵਾਰ-ਵਾਰ ਇਹਨਾਂ ਨੇ ਖਾਲਸਤਾਨੀ ਟੈਰਰਿਸਟ ਗਿਆ ਜਿਹੜੇ ਇੰਡੀਆ ਆਊਟਲੈਟਸ ਆ ਜਿਸ ਤਰ੍ਹਾਂ ਇੰਡੀਆ ਟੂਡੇ ਹੈਗਾ ਜੀ ਬਿਲਕੁਲ ਸੋ ਇਹ ਜਿਹੜੀਆਂ ਮੋਦੀ ਅਲਾਈਂਡ ਜਿਹੜੀਆਂ ਇਹ ਤੁਹਾਡੇ ਸਾਹਮਣੇ ਆ ਵੀ ਇਹ ਜਿਹੜੀਆਂ ਆਊਟਲੈਟਸ ਆ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ ਸੋ ਭਾਈ ਨਿਜਰ ਤੇ ਜਿਸ ਤਰੀਕੇ ਦੇ ਨਾਲ ਪ੍ਰਾਈਮ ਮਿਨਿਸਟਰ ਟਰੂਡੋ ਨੇ ਉਸ ਟਾਈਮ ਦੇ ਉੱਤੇ ਫਿਰ ਬੋਲੇ ਸੀਗੇ ਸਟੇਟਮੈਂਟ ਦਿੱਤੀ ਸੀ ਉਸ ਤੋਂ ਬਾਅਦ ਦੇ ਵਿੱਚ ਇਦਾਂ ਇਹਨਾਂ ਨੇ ਕਿਹਾ ਸੋ ਕਹਿੰਦੇ ਵੀ ਇਹ ਜਿਹੜੇ ਨੈਰੇਟਿਵਸ ਆ ਉਹ ਬਹੁਤ ਹੀ ਜ਼ਿਆਦਾ ਇਸ ਤਰੀਕੇ ਦੇ ਨਾਲ ਬਿਆਨਬਾਜ਼ੀ ਜਿਹੜੀਆਂ ਹੁੰਦੀਆਂ ਆ ਵੀ ਜਿਹੜੀਆਂ ਮੋਦੀ ਅਲਾਈਂਡ ਆਊਟਲੈਟਸ ਆ ਵੀ ਉਹ ਟਾਰਗੇਟ ਕਰਦੀਆਂ ਆ ਕੈਨੇਡੀਅਨ ਇੰਸਟੀਟਿਊਸ਼ਨਸ ਨੂੰ ਵੀ ਤੇ ਨਾਲ ਦੇ ਨਾਲ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਵੀ ਜਿੱਦਾਂ ਆਪਾਂ ਬੀਤੇ ਦਿਨੀ ਦੱਸਿਆ ਸੀਗਾ ਵੀ ਕਿੱਦਾਂ ਇੱਕ ਅਮਰੀਕਾ ਦਾ ਜਿਹੜਾ ਪ੍ਰੋਫੈਸਰ ਆ ਉਹਦਾ ਵੀ ਆਪਾਂ ਦੇਖਿਆ ਵੀ ਉਹ ਉਹ ਇੱਥੇ ਬਹਿ ਕੇ ਕਿਸ ਤਰੀਕੇ ਦੇ ਨਾਲ ਇੰਡੀਆ ਨੂੰ ਕਹਿ ਰਿਹਾ ਆ ਵੀ ਕੈਨੇਡਾ ਨੂੰ ਤੁਸੀਂ ਟੈਰਰ ਸਟੇਟ ਸਪான்ਸਰ ਜਿਹੜਾ ਆ ਉਹ ਐਲਾਨ ਦੋ ਅਨੇਬਲਰ ਆਫ ਟੈਰਰਿਜ਼ਮ ਕਹਿੰਦੇ ਵੀ ਖਾਲਿਸਤਾਨੀ ਐਕਸਟਰੀਮਿਸਟ ਦੇ ਉਹਨਾਂ ਦੇ ਜਿਹੜੇ ਲੈਬ ਦੇ ਵਿੱਚ ਬੈਠਣ ਵਾਲੇ ਤੇ ਜਿਹੜੇ ਭਾਰਤ ਦੇ ਉਲਟ ਜਿਹੜੀ ਕਹ ਲੋ ਵੀ ਟ੍ਰੈਚਰਸ ਜਿਹੜੀ ਆ ਉਹ ਚੀਜ਼ਾਂ ਕਰ ਰਹੇ ਆ ਸੋ ਆਰਆਰਐਮ ਨੇ ਕਹਿੰਦੇ ਇਹ ਵੀ ਅਬਜ਼ਰਵ ਕੀਤਾ ਵੀ ਇਸ ਸੇਮ ਲੈਵਲ ਦੀਆਂ ਜਿਹੜੀਆਂ ਸਿਮਿਲੈਰਿਟੀਆਂ ਟੋਨ ਨੇ ਟੋਨ ਦੇ ਵਿੱਚ ਤੇ ਨੈਰੇਟਿਵ ਦੇ ਵਿੱਚ ਉਹ ਦੇਖੀਆਂ ਜਾ ਰਹੀਆਂ ਆ ਜਿਹੜੀਆਂ ਮੋਦੀ ਦੇ ਨਾਲ ਜੁੜਿਆ ਹੋਇਆ ਮੀਡੀਆ ਹੈਗਾ ਆ ਸੋ ਇਹ ਸਾਰਾ ਕੁਝ ਆਪਣੇ ਇਸ ਟਾਈਮ ਸਾਹਮਣੇ ਆ ਇਥੋਂ ਤੱਕ ਕੀ ਕਹਿੰਦੇ ਵੀ ਜਿਹੜੀਆਂ ਮੋਦੀ ਅਲਾਈਂਡ ਮੀਡੀਆ ਹੈਗੀਆਂ ਆ ਆਊਟਲੈਟਸ ਆ ਉਹਨਾਂ ਨੇ 14 ਵਾਰ 14 ਟਾਈਮਸ ਜਿਹੜਾ ਆ ਕੈਨੇਡੀਅਨ ਆਊਟਲੈਟਸ ਤੇ ਸੀਬੀਸੀ ਸੀਟੀਵੀ ਉਹਨਾਂ ਦੇ ਨੈਰੇਟਿਵ ਥੀਮਸ ਦੇ ਸਟੋਰੀਜ਼ ਨੂੰ ਜਿਹੜਾ ਆ ਉਹ ਉਹਨਾਂ ਦੇ ਪਿੱਛੇ ਜਿਹੜੇ ਉਹ ਪਏ ਆ ਦੇ ਉਹ ਹੀ ਜਿਹੜੀਆਂ ਗਲੋਬਲ ਤੇ ਕੈਨੇਡੀਅਨ ਆਡੀਐਂਸ ਦੇ ਵਿੱਚ ਐਕਸਪੋਜ਼ ਕਰਦੀਆਂ ਸੀਗੀਆਂ ਮੋਦੀ ਅਲਾਈਂਡ ਨੈਰੇਟਿਵਸ ਨੂੰ ਸੋ ਉਸ ਦੇ ਦੁਆਲੇ ਵੀ ਜਿਹੜੇ ਹੋਏ ਆ ਜਿਹੜੇ ਸਟੇਟ ਕੰਟਰੋਲਡ ਆਊਟਲੈਟ ਨੇ ਪੀਪਲ ਰਿਪਬਲਿਕ ਆਫ ਚਾਈਨਾ ਉਹਨਾਂ ਨੇ ਵੀ ਕਹਿੰਦੇ ਵੀ ਇਸ ਦੀ ਜਿਹੜੀ ਕਵਰੇਜ ਆ ਉਹ ਕੀਤੀ ਆ ਉਹ ਦੇਖੋ ਇਹਨਾਂ ਦਾ ਆਪਸ ਦੇ ਵਿੱਚ ਵਿਵਾਦ ਆ ਜਿੱਦਾਂ ਆਪਾਂ ਬ੍ਰਿਕ ਦੀ ਵੀ ਗੱਲ ਕਰਕੇ ਹਟੇ ਨਾ ਪਹਿਲਾਂ ਵੀ ਉਹ ਆਪਸ ਦੇ ਵਿੱਚ ਹੁਣ ਭਾਰਤ ਨੇ ਆਪਣੀ ਥਾਂ ਜਿਹੜੀ ਦੇਖ ਕੇ ਤੇ ਇਹ ਵਿਵਾਦ ਨੂੰ ਸੁਲਝਾਉਣ ਵਾਲੇ ਪਾਸੇ ਨੂੰ ਵਧਿਆ ਤੇ ਇਕੱਠੇ ਜਿਹੜੇ ਇਹ ਹੋ ਰਹੇ ਹੈਗੇ ਆ ਸੋ ਕਹਿੰਦੇ ਵੀ ਇਤੋਂ ਤੱਕ ਕਿ ਪੀਪਲ ਪਬਲਿਕ ਆਫ ਚਾਈਨਾ ਦਾ ਜਿਹੜਾ ਸਟੇਟ ਕੰਟਰੋਲਡ ਆਊਟਲੈਟ ਆ ਉਹ ਵੀ ਇਹਨਾਂ ਦਾ ਇਸ ਤੇ ਵਿੱਚ ਸਾਥ ਦੇ ਰਿਹਾ ਹੈਗਾ ਆ ਕਹਿੰਦੇ ਵੀ ਆਰਆਰਐਮ ਕੈਨੇਡਾ ਨੇ ਇਹ ਜਿਹੜਾ ਉਹ ਦੇਖਿਆ ਆ ਅੱ비 ਅ ਅਸੈਸਮੈਂਟ ਜਿਹੜੀ ਆ ਉਹ ਪ੍ਰੇਜ਼ੈਂਟ ਜਿਹੜੀ ਕੀਤੀ ਆ ਵੀ ਕਿਸੇ ਕਿਸੇ ਨਾਲ ਇਨਫੋਰਮੇਸ਼ਨ ਦੀ ਮੈਨੀਪੂਲੇਸ਼ਨ ਤੇ ਇੰਟਰਫੀਰੈਂਸ ਜਿਹੜੀ ਆ ਉਹ ਕੀਤੀ ਜਾ ਰਹੀ ਆ ਰਿਪਬਲਿਕ ਆਫ ਇੰਡੀਆ ਚਾਈਨਾ ਤੇ ਰਸ਼ੀਆ ਦੇ ਦੁਆਰਾ ਜਦ ਪ੍ਰਾਈਮ ਮਿਨਿਸਟਰ ਦੀ ਸਟੇਟਮੈਂਟ ਦਿੱਤੀ ਗਈ ਸੀ ਕੈਨੇਡਾ ਦੇ ਨੈਸ਼ਨਲ ਜਿਹੜੇ ਹਰਦੀਪ ਸਿੰਘ ਨੇਜਰ ਕੈਨੇਡੀਅਨ ਸਿਟੀਜ਼ਨ ਆ ਉਹਨਾਂ ਦੀ ਕਿਲਿੰਗ ਨੂੰ ਜਿਹੜਾ ਹੋ ਲੈ ਕੇ ਸੋ ਕਹਿੰਦੇ ਵੀ ਇਹ ਇਸ ਟਾਈਮ ਪ੍ਰੀਲੀਮਿਨਰੀ ਮਿਡਲੀ ਜਾਂਚ ਦੇ ਵਿੱਚ ਉਹਨਾਂ ਨੇ ਇਹ ਸਾਰਾ ਖੁਸ਼ ਜਿਹੜਾ ਹੋਤਾ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ ਆ ਵੀ ਕਿਸ ਤਰੀਕੇ ਦੇ ਨਾਲ ਜਦ ਹੀ ਜਦ ਇਹ ਪੜਦਾ ਜਿਹੜਾ ਚੱਕਿਆ ਗਿਆ ਵੀ ਭਾਰਤ ਇਨਵੋਲਵ ਆ ਭਾਈ ਹਰਦੀਪ ਸਿੰਘ ਨੱਜਰ ਦੀ ਕਿਲਿੰਗ ਨੂੰ ਜਿਹੜਾ ਉਹ ਲੈ ਕੇ ਉਸ ਦੇ ਵਿੱਚ ਉਹਨਾਂ ਦੇ ਵਿੱਚ ਇਨਵੋਲਵ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੇ ਜਾਨੇ ਸਟੇਟ ਮੀਡੀਆ ਆ ਉਹ ਇਕੱਠੇ ਹੋ ਕੇ ਜੁੜੇ ਇਕੱਠੇ ਹੋ ਕੇ ਕੈਨੇਡਾ ਨੂੰ ਸਿੱਖਾਂ ਨੂੰ ਬਦਨਾਮ ਕੀਤਾ ਇਥੋਂ ਤੱਕ ਕਿ ਟਰੂਡੋ ਨੂੰ ਵੀ ਨਹੀਂ ਜਿਹੜਾ ਉਹਨਾਂ ਨੇ ਬਖਸ਼ਿਆ ਤੇ ਉੱਥੇ ਦੇ ਜਿਹੜਾ ਕੈਨੇਡਾ 'ਚ ਚੱਲਦਾ ਮੀਡੀਆ ਆ ਜਿਹੜਾ ਗੱਲ ਕਰ ਰਿਆ ਸੀ ਇਸ ਮੁੱਦੇ ਦੇ ਉੱਤੇ ਉਹਨੂੰ ਵੀ ਇਹਨਾਂ ਨੇ ਬਦਨਾਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ